ਪਹਿਲਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਅਸੀਂ ਗੁਲਾਮਾਂ ਦੀ ਕੌਮ ਇੱਥੇ ਇਕੱਠੇ ਹੋਏ ਹਾਂ ਅਤੇ ਬਹੁਤੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋਣੇ ਕਿਉਂਕਿ ਧੌਣ 'ਚ ਸਾਡੀ 'ਚ ਇਕੱਲਾ ਅੜਿਆ ਵੀ ਨਹੀਂ, ਸਾਨੂੰ ਆਜ਼ਾਦੀ ਮਿਲ ਗਈ ਸੀ 47 'ਚ, ਉਹ ਇਕੱਲਾ ਨਿਕਲ ਨਹੀਂ ਡਿਆ ਹਟਾਉਣ। ਇਸ ਕਰਕੇ ਮੈਂ ਗੁਲਾਮੀ ਤੋਂ ਗੱਲ ਸ਼ੁਰੂ ਕਰਨੀ ਹੈ। ਫੈਕਟਰੀ ਦੇ ਨਫੇ ਨੁਕਸਾਨ ਤੁਹਾਨੂੰ ਸਾਰੇ ਸੁਣਾ ਦਿੱਤੇ ਉਹਨਾਂ ਨੇ, ਮੈਂ ਇਹ ਗੱਲ ਕਰਨੀ ਹੈ ਇੱਥੇ ਵੀ ਇਹ ਫੈਕਟਰੀ ਇੱਥੇ ਲਾਈ ਕਿਉਂ ਗਈ, ਕਿ ਸੁਭਾਵਕ ਇੱਕ ਕਾਰਪੋਰੇਟ ਘਰਾਣਾ ਜਿਹੜਾ ਹੈ ਉਹਨੂੰ ਸਿਰਫ ਮੁਨਾਫਾ ਪਹੁੰਚਾਉਣ ਦੇ ਤਰੀਕੇ ਦਾ ਕਰਕੇ ਕੰਮ ਹੋਇਆ, ਜਾਂ ਇਹਦੇ ਪਿੱਛੇ ਕੋਈ ਸਿੱਖਾਂ ਦੀ ਪੰਜਾਬੀਆਂ ਦੀ ਕਿਸੇ ਨਸਲਕੁਸ਼ੀ ਦੀ ਜਿਹੜੀ ਹੈ ਉਹ ਰਵਾਇਤ ਹੈ। ਪਹਿਲਾਂ ਤਾਂ ਇਹੋ ਜਿਹੀ ਫੈਕਟਰੀ ਗੁਰੂਆਂ ਦੀ ਧਰਤੀ 'ਤੇ ਜਿੱਥੇ ਸ਼ਰਾਬ ਬਣਦੀ ਹੋਵੇ, ਪੀਂਦੇ ਤਾਂ ਚਲੋ ਇੱਥੇ ਵੀ ਬਥੇਰੇ ਹੋਣੇ ਆ, ਨਹੀਂ ਪੀਣੀ ਚਾਹੀਦੀ ਕਿਉਂਕਿ ਇਹ ਕੋਈ ਚੰਗੀ ਚੀਜ਼ ਨਹੀਂ, ਮੈਨੂੰ ਨਹੀਂ ਲੱਗਦਾ ਦੁਨੀਆਂ ਦੇ ਉੱਤੇ ਕੋਈ ਬੰਦਾ ਹੱਥ ਖੜਾ ਕਰਕੇ ਕਹਿ ਸਕਦਾ ਹੋਵੇ ਵੀ ਸ਼ਰਾਬ ਬਹੁਤ ਸਿਹਤਮੰਦ ਸਿਹਤ ਲਈ ਫਾਇਦੇਮੰਦ ਆ। ਸੋ ਪਹਿਲਾਂ ਤਾਂ ਸਾਡੇ ਲਈ ਸ਼ਰਮ ਵਾਲੀ ਗੱਲ ਇਹ ਆ ਵੀ ਸਾਡੀ ਧਰਤੀ ਦੇ ਉੱਤੇ ਫੈਕਟਰੀ ਲੱਗ ਗਈ ਉਹ ਵੀ ਸ਼ਰਾਬ ਦੀ, ਹੁਣ ਅਸੀਂ ਬੰਦ ਕਰਾਉਣ ਡਿਆਂ, ਚੰਗੀ ਗੱਲ ਹੈ, ਪਰ ਕੇਵਲ ਇਸ ਕਰਕੇ ਬੰਦ ਨਾ ਕਰਾਈਏ ਵੀ ਪਾਣੀ ਖਰਾਬ ਹੋ ਰਿਹਾ, ਇਸ ਕਰਕੇ ਵੀ ਬੰਦ ਕਰਾਈਏ ਵੀ ਨਸ਼ਿਆਂ ਤੋਂ ਗੁਰੂ ਸਾਹਿਬ ਨੇ ਵਰਜਿਆ ਅਤੇ ਉਹਨਾਂ ਨਸ਼ਿਆਂ ਦੀਆਂ ਫੈਕਟਰੀਆਂ ਸਾਡੇ ਇੱਥੇ ਲੱਗ ਜਾਣ ਅਤੇ ਫਿਰ ਸਿੱਖੀ ਦਾ ਪ੍ਰਚਾਰ ਕਿੱਦਾਂ ਕਰਨਾ। ਦੂਜੀ ਗੱਲ ਇਹ ਹੈ ਵੀ 47 ਤੋਂ ਬਾਅਦ 'ਚ ਹਕੂਮਤ ਨੇ ਵੱਖ ਵੱਖ ਤਰੀਕੇ ਬਣਾਏ ਆ ਵੀ ਸਿੱਖਾਂ ਨੂੰ ਕਿਵੇਂ ਨਪੁੰਸਕ ਬਣਾ ਕੇ, ਘਸਿਆਰੇ ਬਣਾ ਕੇ ਅਤੇ ਇਹਨਾਂ ਦੀ ਨਸਲਕੁਸ਼ੀ ਕਰਨੀ ਹੈ। ਜੇ ਤਾਂ ਕੋਈ ਸਿਰ ਚੁੱਕਦਾ ਮਾੜਾ ਮੋਟਾ ਉਹਦੀ ਤਾਂ ਧੌਣ ਲਾਉਂਦੇ ਨੇ, ਅਤੇ ਜਿਹੜੇ ਸਿਰ ਨੀਵੇਂ ਕਰਕੇ ਧਰਨੇ ਲਾਉਂਦੇ ਨੇ ਵਿਚਾਰੇ, ਉਹਨਾਂ ਨੂੰ ਫਿਰ ਇੱਦਾਂ ਸੜਕਾਂ 'ਤੇ ਬਿਠਾ ਕੇ ਸਾਲ ਸਾਲ ਦੋ ਦੋ ਸਾਲ ਉਹ ਜਲੀਲ ਕਰਦੇ ਨੇ। ਬੇਸ਼ੱਕ ਅਸੀਂ ਦਾਅਵੇ ਕਰਦੇ ਹਾਂ ਵੀ ਇਹ ਬੜਾ ਤਕੜਾ ਸੰਘਰਸ਼ ਹੈ, ਪਰ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਨ੍ਹਾਂ ਨੇ ਖੈਬਰ ਤੋਂ ਲੈ ਕੇ ਅਤੇ ਸਤਲੁਜ ਤੱਕ ਦਾ ਰਾਜ ਕੀਤਾ। ਸੋ ਜੇ ਸਾਨੂੰ ਸੜਕਾਂ 'ਤੇ ਬੈਠ ਕੇ ਕਿਸੇ ਮੁੱਖ ਮੰਤਰੀ ਤੋਂ ਜਿਹੜਾ ਆਪ ਸ਼ਰਾਬ ਪੀਂਦਾ ਉਹਦੇ ਤੋਂ ਹੱਕ ਮੰਗਣੇ ਪੈ ਰਹੇ ਨੇ, ਤਾਂ ਸਾਨੂੰ ਸਮਝ ਲੈਣਾ ਚਾਹੀਦਾ ਵੀ ਗੁਲਾਮੀ ਦੀ ਇਹ ਤੋਂ ਵੱਡੀ ਇੰਤਿਹਾ ਕੋਈ ਨਹੀਂ ਹੋ ਸਕਦੀ। ਇੱਕ ਸਮੇਂ ਜਦੋਂ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਆਇਆ, ਇੱਕ ਉਹਨੇ ਹਿਮਾਲਿਆ ਦੇ ਪਰਬਤਾਂ 'ਤੇ ਜਾਣਾ ਸੀ, ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਪੰਜਾਬ ਦੇ, ਇਜਾਜ਼ਤ ਮੰਗੀ ਵੀ ਮੈਂ ਜਾਣਾ ਚਾਹੁੰਦਾ ਕੋਈ ਖੋਜ ਕਰਨ, ਅਤੇ ਮਹਾਰਾਜ ਨੇ ਕਿਹਾ ਵੀ ਇਜਾਜ਼ਤ ਇੱਕ ਸ਼ਰਤ 'ਤੇ ਮਿਲੂਗੀ, ਉੱਥੋਂ ਕੋਈ ਐਸੀ ਨਸਲ ਬੂਟਿਆਂ ਦੀ ਲਿਆਉਣੀ ਹੈ ਲੱਭ ਕੇ ਵੀ ਦਰਿਆਵਾਂ ਕੰਢੇ ਲਾਈਏ ਜਿਹੜੀ ਮਿੱਟੀ ਨਾ ਖੁਰੇ ਦਰਿਆਵਾਂ ਦੀ। ਜਦੋਂ ਰਾਜ ਖਾਲਸੇ ਦਾ ਸੀ ਅਤੇ ਮਹਾਰਾਜਾ ਸਾਡਾ ਸੋਚਦਾ ਸੀ ਵੀ ਦਰਿਆਵਾਂ ਦੇ ਕੰਢੇ ਦੀ ਜਿਹੜੀ ਮਿੱਟੀ ਹੈ ਖੁਰੇ ਨਾ, ਇਹ ਸਾਡੇ ਸਿੱਖਾਂ ਦੀ ਪੰਜਾਬੀਆਂ ਦੀ ਮਿੱਟੀ ਹੈ, ਇਹਦੀ ਸਾਨੂੰ ਲੋੜ ਹੈ। ਅੱਜ ਰਾਜ ਵਿਪਰਦਾ ਆ ਗਿਆ, ਬ੍ਰਾਹਮਣ ਦਾ ਆ ਗਿਆ, ਅਤੇ ਅੱਜ ਉਹਨਾਂ ਨੇ ਸਾਡੇ ਜਿਹੜੇ ਅਸੀਂ ਖੂਹ ਕਰਕੇ ਬੋਰ ਕੀਤੇ ਉਹਨਾਂ 'ਚ ਸ਼ਰਾਬ ਹੋਣੀ ਸ਼ੁਰੂ ਹੋ ਗਈ। ਹੋ ਸਕਦਾ ਅਵਲੀ ਵਾਲੀ ਦੇ ਵਰਦਾਨ ਸਾਬਤ ਹੋ ਗਿਆ ਵੀ ਉਹ ਲਾਹਣੀ ਪੀ ਜਾਂਦੇ ਹੁਣ ਉੱਥੇ, ਪਰ ਗੱਲ ਇਹ ਹੈ ਵੀ ਤੁਸੀਂ ਆਉਣ ਵਾਲੀਆਂ ਨਸਲਾਂ ਬਾਰੇ ਸੋਚਣਾ। ਇਹ ਨਸਲਕੁਸ਼ੀ ਦੀ ਏਡੀ ਭਿਅੰਕਰ ਤਕਨੀਕ ਹੈ ਵੀ ਦੁਨੀਆਂ 'ਚ ਇਕੱਲੀ ਇੱਥੇ ਨਹੀਂ ਵਰਤੀ ਗਈ, ਜਿੱਥੇ ਜਿੱਥੇ ਵਰਤੀ ਗਈ ਹੈ ਇਹ ਇੱਕ ਚੁੱਪ 'ਚ ਪੀਤੇ ਕਿਸੇ ਕੌਮ ਨੂੰ ਮਾਰਨ ਵਾਲੀ ਗੱਲ ਹੈ। ਇਹਦੇ ਨਾਲ ਸਭ ਤੋਂ ਕਾਮਨ ਜਿਹੜੀ ਬਿਮਾਰੀ ਹੈ ਸਾਡੇ ਲੋਕਾਂ ਨੂੰ ਉਹ ਕੈਂਸਰ ਦੀ ਬਿਮਾਰੀ ਹੋਣੀ। ਕੈਂਸਰ ਦੀ ਬਿਮਾਰੀ ਜਨਰੇਸ਼ਨਲ ਡਿਸੀਜ਼ ਹੈ, ਭਾਵ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ। ਸੋ ਜੇ ਇੱਥੇ ਇੰਨੇ ਲੋਕ ਬੈਠੇ ਨੇ ਅਤੇ ਇਹਨਾਂ ਨੂੰ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਖੁਦਾ ਨਾ ਖਾਸਤਾ, ਅਤੇ ਇਹ ਬੜੇ ਚਾਂਸ ਆ ਵੀ ਸ਼ੂਗਰ ਵਾਂਗੂ ਇਹ ਗਾਂ ਬੱਚਿਆਂ ਨੂੰ ਵੀ ਹੋਣੀ ਹੈ, ਅਤੇ ਜਿਹਨਾਂ ਨੂੰ ਕੈਂਸਰਾਂ ਦੀਆਂ ਬਿਮਾਰੀਆਂ ਹੋ ਜਾਣ ਫਿਰ ਜੰਗ ਜੋਗ ਲੜਨ ਜੋਗੇ ਨਹੀਂ ਰਹਿੰਦੇ। ਸੋ ਹਕੂਮਤ ਨੇ ਇੱਕ ਨਿਸ਼ਾਨਾ ਮਿਥਿਆ ਵੀ ਪਹਿਲਾਂ ਤਾਂ ਤੁਹਾਡੇ ਮੂੰਹਾਂ 'ਤੇ ਜਿਹੜੇ ਦਾੜੇ ਸੀ ਆ ਵੇਖੋ ਕਿੰਨੇ ਖੜੇ ਇੱਧਰ, ਹੁਣ ਹੋ ਸਕਦਾ ਤੁਸੀਂ ਸਿਰ ਨੀਵੇਂ ਕਰ ਲਓ ਅਤੇ ਤੁਹਾਡੇ ਇੰਨਾ ਸ਼ਕਲਾਂ ਤੋਂ ਉਹਨਾਂ ਨੂੰ ਬਿਲਕੁਲ ਡਰ ਨਹੀਂ ਲੱਗਦਾ, ਪਤਾ ਨਹੀਂ ਲੱਗਦਾ ਵੀ ਯੂਪੀ ਦੇ ਬੰਦੇ ਜੋ ਕਿਤੇ ਪੰਜਾਬ ਦੇ ਜੋ। ਸੋ ਹਕੂਮਤ ਨੇ ਪਹਿਲਾਂ ਤਾਂ ਤੁਹਾਡੇ ਸਿਰਾਂ ਤੋਂ ਪੱਗਾਂ ਲਵਾਈਆਂ ਨੇ, ਫਿਰ ਮੂੰਹ ਤੋਂ ਦਾੜੇ ਗਾਇਬ ਕਰਾਏ ਨੇ, ਅਤੇ ਹੁਣ ਧਰਨੇ ਵਾਲੇ ਕੰਮ 'ਤੇ ਬਿਠਾ ਤਾ ਸਾਨੂੰ। ਸੋ ਇਸ ਕਰਕੇ ਨੌਜਵਾਨੋ ਤੁਸੀਂ ਇਹ ਗੱਲ ਨੂੰ ਸਮਝ ਲਓ ਵੀ ਤੁਸੀਂ ਕਿੰਨਾ ਦੇ ਘਰ ਪੈਦਾ ਹੋਏ ਜੋ ਕਿਹਦੀ ਤੁਹਾਨੂੰ ਗੁੜਤੀ ਹੈ, ਤੁਹਾਡਾ ਬਾਪ ਕੌਣ ਹੈ, ਤੁਹਾਡੀ ਮਾਂ ਕੌਣ ਹੈ, ਅਤੇ ਆਪਣੇ ਕੰਮ ਕੀ ਨੇ। ਤੁਸੀਂ ਹੋ ਸਕਦਾ ਕਹੋ ਵੀ ਸਾਨੂੰ ਇੱਥੇ ਆਣ ਕੇ ਸਾਡੇ ਮੋਰਚ 'ਚ ਭੰਡੀ ਜਾਂਦਾ, ਭੰਡਣ ਨਹੀਂ ਡਿਆ ਤੁਹਾਨੂੰ, ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਇੰਨੀ ਸੰਗਤ ਇੱਥੇ ਇਕੱਠੀ ਹੋਈ ਹੈ, ਫੈਕਟਰੀ ਬੰਦ ਕਿਉਂ ਨਹੀਂ ਹੋ ਰਹੀ? ਇਸ ਕਰਕੇ ਨਹੀਂ ਹੋ ਰਹੀ ਵੀ ਸਾਡੇ ਅੰਦਰ ਭੈ ਹੈ, ਡਰ ਬੈਠਾ ਸਾਡੇ ਅੰਦਰ ਸਰਕਾਰ ਦਾ ਵੀ ਇਹਨਾਂ ਪਤਾ ਨਹੀਂ ਕਿਹੜੀ ਗੋਲੀ ਚਲਾ ਦੇਣਗੇ, ਚਲਾ ਦੇਣਗੇ ਤਾਂ ਫਿਰ ਕੀ ਹੋ ਜੂਗਾ, ਇੱਥੇ ਮੱਸਿਆ ਲੱਗਣ ਹਟ ਜੂਗੀ ਜੀ, ਦੋ ਚਾਰ ਜਣੇ ਮਰ ਜਾਣਗੇ। ਪਰ ਨਾ ਮੌਤ ਤੋਂ ਤਾਂ ਇੰਨਾ ਭੈ ਖਾਂਦੇ ਅਸੀਂ ਨਾ, ਕੋਈ ਡਾਂਗ ਲੈ ਕੇ ਸਾਡੇ ਗਾੜੀ ਆਵੇ ਤੇ ਪੱਗ ਲਾ ਕੇ ਪੈਰਾਂ 'ਚ ਰੱਖ ਦਿੰਦੇ, ਜੇ ਕਿਸੇ ਦੀ ਪੱਗ ਲੱਥ ਜੇ ਤੇ ਉਹ ਹੱਥ 'ਚ ਫੜ ਕੇ ਐਂ ਖਲੋਤਾ ਹੁੰਦਾ ਵੀ ਜਿੱਦਾਂ ਬਹੁਤ ਸੋਹਣੀ ਗੱਲ ਹੈ, ਦਿਖਾਉਣ ਲਿਆਉਂਦਾ ਵੀਡੀਓ 'ਚ ਮੇਰੀ ਪੱਗ ਲਾ ਕੇ ਚੱਲ ਗਿਆ ਕੋਈ, ਵੀ ਤੁਸੀਂ ਕਿਤੇ ਖੂਹ 'ਚ ਕਿਸੇ ਨਹਿਰ 'ਚ ਛਾਲ ਮਾਰ ਕੇ ਮਰ ਜਾਵੋ। ਸੋ ਜਿੰਨਾ ਚਿਰ ਗੈਰਤ ਨਹੀਂ ਜਗਾਉਂਦੇ ਤੁਸੀਂ, ਅਣਖ ਨਹੀਂ ਜਗਾਉਂਦੇ ਆਪਣੇ ਅੰਦਰ, ਉਹਨਾਂ ਚਿਰ ਕੋਈ ਫੈਕਟਰੀ ਨਹੀਂ ਬੰਦ ਹੋਣੀ।
हैरानी की गल है, जटा जिमीदारा के घरों चो आए जो, मजदूर के घर चो आए जो, तो इतने लालियां फैक्ट्रिया साढ़े को बंद नहीं हो रही, जिन्हें कभी जिंदगी डांग नहीं चकी अज तक। तानू महाराज ने की कहा सी सानू, बिन शस्त्रन केसन दियो ना दिदारे, शस्त्रा ते केसा तो बिना महाराज कहते मैं दिदारे नहीं देने। ताडे इन्ने जने आए जो कहदे हाथ शस्त्र दिखाओ माड़ा जा, उत्ते करके आ दो शस्त्र आ इत्थे, तुहानू आण के कोई चपेड़ा मारे तो तुसीं गाड़ी लाके दौड़ जाणा सारे ने फिर। सो यह बेनती कबूल करो, गुरु साहब ने जिहड़ा हुक्म दिता उह एवें नहीं दे दिता, गुरु साहब की मौज आई तो उन्होंने हुक्म दे दिता भी सिखां नूं शस्त्र रखण नूं कहना है। जिहड़ियां कौमां कोल शस्त्र उन्हां नूं कोई गुलाम नहीं कर सकदा, पर असीं पहलां ते गुरु नूं वसार लै शस्त्र की रखने से। मैं पिछली बार कहा सी, बेनती की सी, चलो इन्हां दे कहिंदे सुखमनी साहब का पाठ कराया है। जो मैं पिछली बार आया मैं उन्होंने कहा भी सहज पाठ रंभिया करो गुरु घर के लागे नेड़े, पंद्रह दिन भोग पाया करो, महाराज का प्रकाश इतने करा करो, महाराज की हजूरी च बोलिया करो, भै च बोलोगे ओदी हजूरी च पंद्रह दिन अरदास करो भी महाराज सच्चे पातशाह बल बख्शो, ये जी अरदास चरणा च की है ये पूरी निभजे, क्योंकि सिख अरदास तो पिछे नहीं कभी मुड़ता। सो तुसी जे को मोर्चा जितना तो एक गल चेता रख लो, नारे जकारे इको ही चलने चाहिए, जिहड़ा जकारा सिखी दा ना उहो ही जकारे ने तुहानू मोर्चा जितना, होर जिंदाबाद मुर्दाबाद फैक्टरी बंद फैक्टरी चालू जिन्हें मर्जी करी जाओ, किसी नूं डर नहीं लगता। यह दूजे मुल्कां दीआं फौजां नूं पुछ लो, चीन दीआं पाकिस्तान दीआं, जदों बार्डर ते जकारा लगता ना उन्हां नूं कंबणी छिड़ जांदी है, करवी पता नहीं कौन आ गया। तो जो उत्थे इनकलाब जिंदाबाद इनकलाब मुर्दाबाद करो, कुछ नहीं किसी नूं परवाह हैगी, कईआं नूं इह गल दा गुस्सा लग जाणा है। असीं पंजाब दी धरती ते जे कुछ प्राप्त कीता अज तक, किहड़े झंडे हेठ कीता? निशान साहिब हेठ कीता कि होर कोई झंडा सी साडे कोल? इत्थे किन्ने निशान साहिब दिखाओ मैनूं, की गल हो गई दंदियां वड़दा? इत्थे तुसीं कहिंदे वी आ जाओ आ जांदे आ, जे इत्थे कहोगे सिर ला दिओ ला दिंदे आ, सब नूं पहलां लावांगे, पर किहदी हजूरी च लाउणा सिर, किहदी अगवाई च लाउणा? ठीक है तुहाडे यूनियन दे झंडे हैगे आ जी, सदके होने चाहीदे सारिआं दे, आपो अपने अगे रखणे चाहीदे, पर निशान ते हेठ ते लड़ना पऊगा ना इक दे, बिना उस तों तुहानूं गति किहने देणी है। दूजी मेरी अपील नौजवानां नूं इह है भी सारा कुछ वर्तारा वापरिया गुलामी का करके, इहो जी जलालत केवल गुलाम कौमां दी हुंदी है। आजाद मुल्कां च इहो जी फैक्टरी लगे बंद कौन करवाउंदा? सरकार, उहनां नूं जे पता लग जाए, इत्थे सरकार नूं पता है, सरकार कहिंदी पाणी साफ है, तो उन्हां नूं बेनती करो भी तुसीं अपने परिवार नूं अपने रिश्तेदारां नूं इहो पाणी पिआउणा शुरू कर दो, ज़्यादा साफ है, इत्थे फड़ के बिठाओ उन्हां नूं ते 20-25 दिन लगातार पाणी पिआओ, होई भी जे साफ है कोई नहीं वहीं पी जाने तुसीं पी लो। पर उन्होंने सानू मूर्ख समझ लिया, समझिया क्यों? क्योंकि अधर्मी हो गए, धर्म तो टुट गए, गुरु का भय कोई मन दे विच नहीं। दिल्ली मोर्चे च भी इहो कुछ होया, झंडे लै जाओ जी, निशान साहब लै जाओ जी, इतों जिहड़ी चीज तो हुकूमत भय खांदी आ आ भी सुट के भज जांदे जी, तुसीं फिर तुसीं कहना भी सारा कुछ जी मोर्चा फते नहीं हुंदा, जिड्डा दिल्ली मोर्चा सी, जे तुसीं पंजाब दीआं पूरीआं मंगां लै के खड़दे उत्थे अज इत्थे बहना पैना सी? अपने मन नूं सवाल करो, तुसीं लखां करोड़ां लोग उत्थे बने, कोई किसी को राज ना दे है, जो लै है निज बल से ले। राज कोई किसी नूं थाली जी परोस के नहीं दिंदा, वह मंगतियां नूं भीख मिलदी, आपां मंगतियां को मंगण डए। अंग्रेजी की कहावत है बैगर्स कांट बी चूजर्स, भाव मंगते नूं मांचा ही भीख नहीं मिलती। इतिहास का एक वर्का दिखा दो मैनूं जिथे को राज तुहानूं खुश होकर दे गया होवे, ते साडे लोक इन्ने नमाणे ताने जां भोले ने जां भोले बणन दा नाटक करदे, मैनूं नहीं पता इस गल दा। आखे जी सरकार सानूं इंसाफ देवे, वो जिन्हें मिथ के जुल्म किया साडे ते, जिन्हें साडियां धीआं भैणां दी बेपती मिथ के कीती, भुलेखे च कीती किसे जणां, जिन्हां वोटर लिस्टां कढ के दित्तियां, जिन्हां साडा 2.5-3 लख नौजवान गोलियां नाल शहीद कर दित्ता, आ जिहड़ा नशा तुहाडे पिंडां च वेख रिहा साडियां च, यह तुहानूं की लगता भी पता नहीं लगता सरकार नूं कौन वेच रहा? यह वो गल है भी अबदाली कोई सिख कट्ठे होकर जाके कहण भी अबदाली जी सानूं कोई इंसाफ दिओ। तुसीं सरकारां जिहड़ियां ना हुकूमत, सरकार भी ना क्या करो हुकूमत क्या करो, इत्थे सरकार बदलदी हुकूमत नहीं बदलदी कदे भी, सरकार 5-24 साली बदल जाती है, हुकूमत हो रही है, पहलां इन्हां दीआं गल्लां होर हुंदीआं बाद च होर हो जांदीआं, क्योंकि आप पले कुछ नहीं, दिल्ली के इशारियां ते नचना है,
ਉਹ ਜਿਹੀਆਂ ਕਰਤੂਤਾਂ ਕਰਕੇ ਅੱਗੇ ਦਿਖਾਉਣੀਆਂ। ਸੋ ਨੌਜਵਾਨੋ ਹੁਣ ਮੈਂ ਅਪੀਲ ਕਰਨੀ ਹੈ ਧਰਮ ਦੀ, ਤੁਸੀਂ ਚਾਹੁੰਦੇ ਜੋ ਵੀ ਗੁਲਾਮੀ ਦੂਰ ਹੋ ਜਾਏ, ਕੋਈ ਬੰਦਾ ਹੈਗਾ ਜਿਹੜਾ ਕਹਿੰਦਾ ਵੀ ਗੁਲਾਮੀ ਦੂਰ ਨਾ ਹੋਵੇ, ਜਿਹਨੂੰ ਅਜੇ ਚਾਹ ਵਾ ਕਿਸੇ ਬੰਦੇ ਨੂੰ ਵੀ ਨਹੀਂ ਅਜੇ ਹੋਰ ਛੱਤਰ ਖਾਣੇ ਤੁਹਾਡਾ ਕੋਟਾ ਨਹੀਂ ਪੂਰਾ ਹੋਇਆ ਸਾਡਾ, ਤੇ ਜੇ ਨਹੀਂ ਹੈਗਾ ਕੋਈ ਤੇ ਇੱਕ ਤਹੱਈਆ ਕਰਨਾ ਪੈਣਾ, ਰਾਜ ਬਖਸ਼ਣਾ ਹੈ ਕਲਗੀਧਰ ਪਾਤਸ਼ਾਹ ਨੇ। ਪਰ ਜਿਹੜਾ ਕਲਗੀਧਰ ਪਾਤਸ਼ਾਹ ਦੇ ਹੁਕਮ ਚ ਨਹੀਂ ਹੈਗਾ ਉਹਨੂੰ ਰਾਜ ਕੀ ਬਣਨਾ? ਹੁਕਮ ਕੀ ਹੈ? ਖੰਡੇ ਬਾਟੇ ਦੀ ਪੌੜ ਛਕਣ ਦਾ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ। ਸਾਰਿਆਂ ਅੰਦਰ ਮੌਤ ਦਾ ਭੈ ਹੈ ਨਾ, ਡਰ ਲੱਗਦਾ ਨਾ ਸਾਰਿਆਂ ਨੂੰ ਮੌਤ ਤੋਂ। ਤੇ ਬਾਣੀ ਕੀ ਕਹਿੰਦੀ ਹੈ? ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੋ ਜੇ ਬਾਣੀ ਕਹਿੰਦੀ ਹੈ ਵੀ ਮੇਰੀ ਗਲੀ ਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਜੇ ਆਉਣਾ ਹੈ ਤੇ ਸੀਸ ਤਲੀ ਦੇ ਧਰ ਕੇ ਆਓ, ਤੇ ਸੀਸ ਤਲੀ ਦੇ ਧਰਨਾ ਕਿਵੇਂ ਜਦੋਂ ਮੌਤ ਦਾ ਪੈ ਆਪਣੇ ਅੰਦਰ, ਧਰ ਨਹੀਂ ਸਕਦੇ। ਸੋ ਇਸ ਕਰਕੇ ਪਹਿਲਾਂ ਤੇ ਅਨੰਦਪੁਰ ਘਰੇ ਵੜਨਾ ਪੈਣਾ, ਅੱਜ ਵੜ ਜਾਓ ਕੱਲ ਵੜ ਜਾਓ, ਸੌ ਸਾਲ ਛਿੱਤਰਖਾਣੇ ਹੋਰ ਖਾ ਲਓ। ਜੇ ਕਿਸੇ ਨੂੰ ਕੋਈ ਸ਼ੰਕਾ ਰਹਿ ਗਿਆ ਤੇ ਉਹ ਹੋਰ ਧੀਆਂ ਭੈਣਾਂ ਦੀ ਬੇਬਤੀ ਕਰਾਉਣੀ ਕਿਸੇ ਨੇ ਕਰਾ ਲਓ, ਸਾਡੀਆਂ ਦੀ ਤੇ ਬਹੁਤ ਹੋ ਚੁੱਕੀ ਆ, ਅਸੀਂ ਤੇ ਹੁਣ ਇਹ ਤੋਂ ਅੱਗੇ ਬਰਦਾਸ਼ਤ ਨਹੀਂ ਕਰਦੇ। ਕਿਉਂਕਿ ਇੱਕ ਸੀਮਾ ਹੁੰਦੀ ਹੈ ਗੈਰਤਮੰਦ ਮਨੁੱਖ ਤੇ ਗੈਰਤਮੰਦ ਕੌਮਾਂ ਦੀ, ਇੱਕ ਸੀਮਾ ਉਹ ਲਕੀਰ ਖਿੱਚ ਲੈਂਦੇ ਨੇ, ਇੱਕ ਜਿਵੇਂ ਬਾਬਾ ਦੀਪ ਸਿੰਘ ਨੇ ਖਿੱਚੀ ਸੀ ਨਾ ਚੱਬੇ ਧਰਤੀ ਕੋਲ ਖੰਡਾ ਵਾਹ ਕੇ, ਤੇ ਲਕੀਰ ਖਿੱਚ ਕੇ ਕੀ ਕਿਹਾ ਸੀ ਵੀ ਜਿਹਨਾਂ ਨੂੰ ਘਰਾਂ ਦਾ ਮੋਹ ਹੈ, ਜਿਹਨਾਂ ਨੂੰ ਘਰਦਿਆਂ ਨਾਲ ਪ੍ਰੇਮ ਹੈ ਮੋਹ ਹੈ, ਜਿਹਨਾਂ ਨੂੰ ਮੌਤ ਤੋਂ ਡਰ ਲੱਗਦਾ ਪਿੱਛੇ ਮੁੜ ਜਾਓ। ਬੇਸ਼ੱਕ ਕੋਈ ਨਹੀਂ ਸੀ ਪਿੱਛੇ ਮੁੜਿਆ, ਪਰ ਹਰ ਮੌਕੇ ਤੇ ਕੌਮਾਂ ਨੂੰ ਇੱਕ ਲਕੀਰ ਖਿੱਚਣੀ ਪੈਂਦੀ ਹੈ। ਪੰਜਾਬ ਦੇ ਵਿੱਚ ਵਸਦੇ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਕੋਈ ਵੀ ਹੋਣ, ਇਹ ਪਾਣੀ, ਇਹ ਨਸ਼ਾ, ਇਹ ਸਾਰਾ ਕੁਝ ਤੁਹਾਨੂੰ ਨਹੀਂ ਇਫੈਕਟ ਕਰ ਰਿਹਾ ਕਿਸੇ ਨੂੰ ਕਿ ਸਿੱਖਾਂ ਨੇ ਇਕੱਲਿਆਂ ਨੇ ਠੇਕਾ ਚੱਕਿਆ ਹੋਇਆ ਸਾਰੇ ਕੰਮ ਕਰਨ ਦਾ? ਫਿਰ ਆਪਾਂ ਇਸ ਗੱਲ ਨੂੰ ਕਾਮਨਰਲ ਬਣਾ ਦਿੰਦੇ ਹਾਂ ਵੀ ਦੇਖੋ ਜੀ ਇਹ ਕਿਸੇ ਨੂੰ ਟਾਰਗੇਟ ਕਰਦੇ, ਕਿਸੇ ਨੂੰ ਟਾਰਗੇਟ ਨਹੀਂ ਕਰਦੇ। ਅਸੀਂ ਤੇ ਕਹਿੰਦੇ ਹਾਂ ਵੀ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਲੜੋ, ਪੰਜਾਬ ਦੇ ਜੋ ਪੰਜਾਬ ਦੇ ਬਣ ਕੇ ਸੰਘਰਸ਼ ਲੜੋ, ਪੰਜਾਬ ਦੇ ਵਿੱਚ ਰਹਿ ਕੇ ਦਿੱਲੀ ਦੇ ਦਲਾਲ ਨਹੀਂ ਬਣਨਾ ਚਾਹੀਦਾ। ਇੱਕ ਗੱਲ ਨਿਸ਼ਚੇ ਨਾਲ ਚੇਤਾ ਕਰ ਲਓ ਆਪਣੇ ਮਨਾਂ ਦੇ ਵਿੱਚ, ਹਕੂਮਤ ਕੋਈ ਆ ਜਾਵੇ ਜਿੰਨਾ ਚਿਰ ਪੂਰਨ ਆਜ਼ਾਦੀ ਨਹੀਂ ਮਿਲਦੀ ਉਨਾ ਚਿਰ ਕਿਤੇ ਢੋਈ ਨਹੀਂ ਮਿਲਣੀ, ਉਨਾ ਚਿਰ ਸਾਨੂੰ ਛਿੱਤਰ ਪੈਂਦੇ ਰਹੇ ਆ ਤੇ ਪੈਂਦੇ ਰਹਿਣਗੇ। ਤੇ ਪੂਰਨ ਆਜ਼ਾਦੀ ਉਦਣ ਮਿਲਣੀ ਹੈ ਜਿੱਦਣ ਅਸੀਂ ਅਨੰਦਪੁਰ ਸਾਹਿਬ ਘਰੇ ਵੜ ਗਏ, ਅਨੰਦਪੁਰ ਸਾਹਿਬ ਘਰੇ ਵੜ ਕੇ ਅਸੀਂ ਇਹ ਤਹੱਈਆ ਕੀਤਾ, ਤਹੱਈਆ ਕੀਤਾ ਵੀ ਮਹਾਰਾਜ ਹੁਣ ਸਾਡਾ ਸੀਸ ਤੁਹਾਡੇ ਚਰਨਾਂ ਚ। ਬਹੁਤ ਮੀਡੀਆ ਨੇ ਪਰਸੋਂ ਚੌਥ ਦਾ ਰੌਲਾ ਪਾਇਆ ਵੀ ਮੈਂ ਜੀ ਖਤਰਨਾਕ ਹਾਂ, ਫਲਾਣੇ ਲਈ ਖਤਰਨਾਕ ਹਾਂ। ਆ ਫੈਕਟਰੀ ਮੋਰਚਾ ਲੱਗੇ ਨੂੰ ਕਿੰਨਾ ਚਿਰ ਹੋ ਗਿਆ, ਕਿੰਨੇ ਬੰਦੇ ਮਰ ਗਏ ਹੋਣਗੇ? ਮੈਨੂੰ ਲੱਗਦਾ ਵੀ ਕੋਈ 2-4 ਹਜ਼ਾਰ ਬੰਦੇ ਨੂੰ ਕੈਂਸਰ ਕਰ ਦਿੱਤੀ ਹੋਣੀ ਇਹਨੇ। ਮੈਂ ਉੱਥੇ ਗਿਆ, ਮਹਾਰਾਜ ਨੇ ਸੇਵਾ ਲਈ ਹੈ ਨਿਮਾਣਾ ਸਿੱਖ ਜਾਣ ਕੇ, ਮੇਰੇ ਨਾਲ ਕੋਈ 1400-1500 ਬੰਦੇ ਨੇ ਅੰਮ੍ਰਿਤ ਛਕਿਆ, ਮੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਕਰਨ ਨੂੰ ਮੈਂ ਕੀ ਹਾਂ? ਮੇਰੀ ਜਾਂਚ ਚੋਂ ਕੀ ਨਿਕਲਣਾ? ਇੱਥੇ ਇੰਨੇ ਬੰਦੇ ਮਰ ਗਏ ਨੇ, ਇੰਨਿਆਂ ਦਾ ਭਵਿੱਖ ਖਤਰੇ 'ਚ, ਕਿਸੇ ਨੂੰ ਜਾਂਚ ਦਾ ਚੇਤਾ ਨਹੀਂ ਆਇਆ? ਨੌਜਵਾਨ 8-9 ਲੱਖ ਦੇ ਕਰੀਬ ਪੰਜਾਬ 'ਚ ਨਸ਼ੇ ਨਾਲ ਹੁਣ ਤੱਕ ਮਰ ਚੁੱਕਾ, ਕਿਸੇ ਨੂੰ ਜਾਂਚ ਦਾ ਚੇਤਾ ਨਹੀਂ ਆਇਆ ਵੀ ਜਾਂਚ ਕੋਈ ਚੀਜ਼ ਹੁੰਦੀ? ਸੋ ਇਹ ਗੱਲ ਵੇਖ ਲਓ ਵੀ ਉਹਨਾਂ ਦੀ ਰੱਗ ਕਿੱਥੇ ਆ ਤੇ ਕਿੱਥੇ ਨੱਪੀ ਜਾਂਦੀ। ਤੁਸੀਂ ਕਹਿੰਦੇ ਜੋ ਪੰਜਾਬ ਲਈ ਸਿਰ ਦੇ ਦਿਆਂਗੇ ਅਸੀਂ ਸਵੇਰੇ ਹੀ, ਇੱਥੇ ਵੀ ਦਾਅਵੇ ਹੋਣੇ ਮੈਂ ਮਤਾ ਪਾ ਲਾਂ ਤੇ ਉਸ ਦਾ ਸਾਰੇ ਜਗਾਰਾ ਛੱਡ ਦੇਣ ਬਾਅਦ 'ਚ, ਤੇ ਜੇ ਹੁਣੇ ਕਹੀਏ ਵੀ ਖੰਡੇ ਪਾਟੇ ਦੀ ਪੌਲ ਛੱਡਣੀ ਹੈ ਤੇ ਫਿਰ ਹੌਲੀ ਹੌਲੀ ਕੋਈ ਪੈੜੀਆਂ ਨੂੰ ਕੁਛ ਕੁ ਜੋ ਕੋਈ ਫੈਕਟਰੀ ਅੰਦਰ ਉਸ ਰਕਮ ਦੀ ਟੱਪ ਜਾਵੇ। ਸੋ ਜੇ ਪੰਜਾਬ ਲਈ ਸੀਸ ਦੇਣ ਦਾ ਮਾਦਾ ਹੈਗਾ ਤੇ ਗੁਰੂ ਲਈ ਕਿਉਂ ਨਹੀਂ? ਇਹ ਗੁਰੂ ਤੋਂ ਬਿਨਾਂ ਪੰਜਾਬ ਦਾ ਵਾਲੀ ਵਾਰਸ ਕੌਣ ਹੈ? ਦੱਸੋ ਕੋਈ ਹੈਗਾ ਹੋਰ? ਕੋਈ ਹੈਗਾ ਕੋਈ ਪੀਰ ਪੰਗਬਰ ਦਾਅਵਾ ਕਰਦਾ ਹੋਵੇ ਪੰਜਾਬ ਲਈ ਅਸੀਂ ਕੁਛ ਕੀਤਾ? ਜੇ ਇਸ ਕਲਗੀਧਰ ਪਾਤਸ਼ਾਹ ਨੇ ਸਰਬੰਸ ਵਾਰ ਕੇ ਕਿਹਾ ਸੀ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁਦਚਾਰ, ਚਾਰ ਮੋਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ, ਤੇ ਉਹਦੇ ਪੁੱਤਰਾਂ ਦੀ ਸ਼ਕਲਾਂ ਵੇਖਣ ਵਾਲੀਆਂ ਨੇ ਹੁਣ। ਫਿਰ ਆਪਾਂ ਕਹਿੰਦੇ ਵੀ ਗੁਲਾਮੀ ਆ ਗਈ ਜੀ ਸਾਨੂੰ ਛਤਰ ਪੈ ਰਹੇ, ਪੈਣ ਹੋਰ ਕੀ ਪੈਣਾ ਸਾਨੂੰ? ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਹੈ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਤੇ ਵਿਪਰ ਦੀ ਰੀਤ ਤੁਰੇ ਸੀ ਤੇ ਮਹਾਰਾਜ ਨੇ ਪਿੱਠ ਵਿਖਾਈ ਆ, ਤੇ ਵੇਖ ਲਓ ਕਿਹੜੇ ਭਾਵ ਗੰਢੀ। ਇਹ ਅਜੇ ਤੇ ਪਾਣੀ ਜ਼ਰੀਲਾ ਹੋਇਆ, ਪਰ ਇੱਕ ਗੱਲ ਹੋਰ ਚੇਤਾ ਕਰ ਲਓ, ਤੁਹਾਡਾ ਪਾਣੀ ਤੁਹਾਡੀ ਨਸਲ ਖੁਸ਼ੀ ਇਹ ਕਰਕੇ ਨਹੀਂ ਕਰ ਰਿਹਾ ਵੀ ਉਹਨਾਂ ਨੂੰ ਪੈਸੇ ਦੀ ਖੇਡ ਹੈ, ਪੈਸਾ ਕਮਾਉਣਾ ਚਾਹੁੰਦੇ, ਪੈਸਾ ਬਹੁਤ ਅੰਬਾਨੀਆਂ ਕੋਲ ਪਿਆ, ਉਹ ਚਾਹੁੰਦੇ ਆ ਵੀ ਇੱਥੇ ਨਾਨਕ ਨਾਮ ਲੇਵਾ ਸੰਗਤ ਹੈ ਜਿਹੜੀ, ਖਾਲਸੇ ਦਾ ਪਹਿਰਾ ਹੈ ਪੰਜਾਬ 'ਚ, ਜਿੰਨਾ ਚਿਰ ਇਹ ਹੈਗੇ ਉਹਨਾਂ ਚਿਰ ਸਾਡਾ ਇੱਕ ਬੋਲੀ, ਇੱਕ ਧਰਮ, ਇੱਕ ਦੇਸ਼ ਵਾਲਾ ਸੰਕਲਪ ਪੂਰਾ ਨਹੀਂ ਹੁੰਦਾ। ਉਹ ਸਾਨੂੰ ਜਿਉਂਦਿਆਂ ਜੀ ਮਾਰ ਦੇਣਗੇ, ਜਿਉਂਦਿਆਂ ਜੀ ਕਿੱਦਾਂ ਮਰਾਂਗੇ? ਜਦੋਂ ਗੁਰੂ ਨਾਲ ਪ੍ਰੇਮ ਨਹੀਂ ਰਿਹਾ
गुरु का भै नहीं रहा तो मोह अर्गे हो जाते ना। ज्यों प्राणी जल बिन है मरता त्यों सिख गुर बिन मर जाए। जिमें एक प्राणी जल बिन मर जाता है ना उदा एक सिख की मौत हो जाती गुरु तो बिना। सो आप इतने भी मेरे ख्याल के नाल जिन्ह ने मन नहीं बने अजे जिन्हों का कोई नशे पत्ते का कोटा रहा कोई नहीं अगले जन्म च पूरा कर लो तुम हूँ धाइया करो भी आनंदपुर साहब घड़े वरना कोई कोई तुम बीमारी नहीं पीती किसी नहीं पीती। खंडे बाटे की पौल एको एक संसार से चीज है जिन्हें तहू पकारा तो मुक्त कर देना पाप कट देने ने भय तो मुक्त कर देना। महाराज ने कहना पहला मरण कबूल जीवन की छड़े आस हो सबना की रेणुका तो आओ हमारे पास। ये पहला मौत को कबूल करना जे कोई भी संघर्ष जितना है उदा असं घंटिया बत्ती साल बत्ती सदियां बत्ती लड़ते रहिए। कौमां ने 2000 साल भी गुलामी भोगी है जिन्ना चर अपना घर नहीं बनया उन्ना चर कुछ नहीं बने छित्र खाते ने बहर रह के। सो जेड़े अज भी मुकरते ने फिर तुम मैं ये दसो भी अज आ फैक्ट्री आप बंद करा दें कल नूं कितें होर चल जाएंगे ट्रालियां बढ़ के यो कम रह गया कौमां नूं। कौम ने कोई तरक्की नहीं करनी होर साडा मकसद है भी असीं नाम बाणी पढ़ीए साडी आजादी होगी तो नाम बाणी पढ़ांगे ना। कई बंदे नूं लगता भी धर्मी बंदे मेरे ते इतराज करी जांदे भी धर्मियां दा काम ते हुंदा जी शांति दा पैगाम देना। किहड़ी शांति वह शांति कित्थे आ मत सानूं भी दसी जावे। असीं ते बाणी पंड बैठीए ते महाराज कहिंदे जे जीवे पत लथी जाए सब हराम चेता किछ खाए ते साडी बुरकी नहीं अंदर लंघदी भी सारा खाण ही हराम दा डाहे आ। धीआं भैणां दी बेपती हो रही है तख्त साडे ढाए जा रहे ने बोली साड़ी खत्म कर दी नसल साड़ी तबाह कर दी अजे भी असं शांति लभते फिरते। इतने पुलिस वाले वीर भी आए उन्हें बेनती है ये 40 किलोमीटर का जो एरिया है जिथे जिथे 40 पिंड का एरिया है इतने पुलिस वाले भी होने ना इन्हों के बच्चे भी होने। सो तुम घट्टो घट्ट ये सोचो मेरे वीर भी ये जो अखीर बचा किनू रहे जो तुम कि राखी करते जो हुकूमत की जिन्हें थोड़े बच्चों का भी कान करना। सो आस करके इनिया क मेरिया बेनतियां सी सारे ही इस गल का धहिया कर लो सुन लो समझ लो बार बार नहीं कहना पर जिन्ना चेर तुसी धर्म के राह से चल के आना इतने देख लो एक निशान साहब नहीं दिखन डे कित पता नहीं लाया लगा लगू के कितने मैं नहीं पता यह जरा भय है ना तैनू यह मरा रहा सानू सदियों तो असी मार खा रहे हैं सिर्फ इस करके भी असी जेड़े निशान हेठ पांच सिंह पांच तीर ते 13 सिंह दे के बाबा बंदा सिंह बहादुर तोरिया ना इस निशान ने उन्होंने आके राजभाग के मालक बनाया से जो लगा दिता राज इस करके लुकिया गल नहीं बनती धर्मी बंदे कदे लोके नहीं गुजारा करते अपना। बाबा बोता सिंह गरजा सिंह दो सी मेहना सुनिया भी सिख कदे लुकते नहीं तो आण के राजभाग की स्थापना कर दी लखां तुरे फिरते। जज्बा अज भी तुहाडे अंदर हैगा कमी सिर्फ गुरु प्रेम की है गुरु के हुक्म च चलण की है। सो गुरु के हुक्म च चलो सारे मसले हल हो जाएंगे आजादी भी मिल जू फैक्ट्रियां भी बंद हो जाएगी बहुत कुछ बंद हो जूगा तख्ते पलट जाते होंगे। इन बेनती खिमा का जा चुके हैं जे किसी को कई गल का गुस्सा लग गया हो बोलिया तो वैसे मैं सच है पर फिर भी खिमा का जा चुके हैं। वाहेगुरु जी का खालसा वाहेगुरु जी की फतेह सत श्री अकाल बोले सो